ਇਹ ਗੱਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 1 ਅਗਸਤ ਤੋਂ ਹੋ ਜਾਓ ਤਿਆਰ ਜੇਬਾਂ ਹੋਣਗੀਆਂ ਢਿੱਲੀਆਂ ਲੱਗੇਗਾ ਵੱਡਾ ਝੜਕਾ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ 1 ਅਗਸਤ ਤੋਂ ਕਈ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਜਿਸ ਦਾ ਸਿੱਧਾ ਅਸਰ ਸਾਡੀ ਜੇਬ ਤੇ ਪਵੇਗਾ ਇਹਨਾਂ ਦੇ ਵਿੱਚ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋਣਗੀਆਂ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣਾ ਮਹਿੰਗਾ ਹੋਵੇਗਾ ਆਰਬੀਆਈ ਵੱਲੋਂ 1 ਅਗਸਤ ਤੋਂ ਬੈਂਕਾਂ ਦੀ ਛੁੱਟੀ ਹੋਣ ਤੇ ਤਨਖਾਹ ਮਿਲਣਾ ਨੈਸ਼ਨਲ ਆਟੋਮੈਟਿਡ ਕਾਲਿੰਗ ਹਾਊਸ ਦੇ ਨਿਯਮਾਂ ਵਿੱਚ ਤਬਦੀਲੀ ਆਈ ਸੀ ਆਈ ਸੀ ਬੈਂਕ ਦੇ ਗਾਹਕਾਂ ਦੇ ਨਾਲ ਜੁੜੇ ਪ੍ਰਮੁੱਖ ਬਦਲਾਅ ਸ਼ਾਮਲ ਹਨ ਸੋ ਇਹਨਾਂ ਸਭ ਦੇ ਬਾਰੇ ਵਿਸਥਾਰ ਦੇ ਨਾਲ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਿਲੰਡਰ ਦੀਆਂ ਨਵੀਆਂ ਕੀਮਤਾਂ 1 ਅਗਸਤ ਤੋਂ एलपीजी सिलेंडर ਦੀਆਂ ਕੀਮਤਾਂ ਵਿੱਚ ਬਦਲਾਅ ਜਾਵੇਗਾ ਕੰਪਨੀ ਹਰ ਮਹੀਨੇ ਇੱਕ ਤਰੀਕ ਨੂੰ ਬਦਲਾਅ ਕਰਦੀ ਹੈ ਹਰ ਮਹੀਨੇ ਦੀ ਤਰੀਕ ਪਹਿਲੀ ਤਰੀਕ ਨੂੰ ਘਰੇਲੂ ਰਸੋਈ ਗੈਸ ਅਤੇ ਕਮਰਸ਼ੀਅਲ ਸਿਲੰਡਰ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਨੇ ICICI ਬੈਂਕ ਤੋਂ ਪੈਸੇ ਕਢਵਾਉਣਾ ਮਹਿੰਗਾ ਹੋ ਜਾਵੇਗਾ ਦੋਸਤੋ ਜੇਕਰ ਤੁਸੀਂ ICICI ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਇੰਪੋਰਟੈਂਟ ਜਾਣਕਾਰੀ ਆਗਸਤ ਤੋਂ ਹਰ ਮਹੀਨੇ 4 ਵਾਰ ਖਾਤੇ ਦੇ ਵਿੱਚ ਪੈਸੇ ਕਢਵਾ ਸਕਦੇ ਹੋ ਇਸ ਤੋਂ ਜ਼ਿਆਦਾ ਵਾਰ ਪੈਸੇ ਕਢਵਾਉਣ ਤੇ ਤੁਹਾਨੂੰ ਇੱਕ ਵਾਰੀ ਦੀ ਟ੍ਰਾਂਜੈਕਸ਼ਨ ਦੇ ਹਿਸਾਬ ਨਾਲ 150 ਰੁਪਏ ਦੇਣੇ ਪੈਣਗੇ ਵੈਲਿਊ ਲਿਮਿਟ ਵਿੱਚ ਹੋਮ ਬ੍ਰਾਂਚ ਅਤੇ ਨਾਨ ਹੋਮ ਬ੍ਰਾਂਚ ਦੋਵੇਂ ਟ੍ਰਾਂਜੈਕਸ਼ਨਾਂ ਸ਼ਾਮਲ ਹਨ ਧੰਨਵਾਦ